ਬੀਬੀ ਸੁਰਜੀਤ ਕੌਰ ਹੁਣੀ ਸਾਡੇ ਨਾਲ ਮੌਜੂਦ ਨੇ। ਬੀਬੀ ਜੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਔਰ ਹੁਣ ਰਸਮੀ ਤੌਰ ਤੇ, ਹਾਲਾਂਕਿ ਪਹਿਲਾਂ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਸ਼ਾਮਿਲ ਕਰਾਇਆ, ਰਸਮੀ ਤੌਰ ਤੇ ਸ਼ਾਮਿਲ ਹੋ ਗਏ ਨੇ। ਬੀਬੀ ਜੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਤੁਸੀਂ ਚੋਣ ਲੜ ਰਹੇ ਸੀ, ਅਚਾਨਕ ਐਸਾ ਕੀ ਹੋਇਆ ਕਿ ਤੁਸੀਂ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਏ? ਹੋਇਆ ਤਾਂ ਕੁਛ ਵੀ ਨਹੀਂ, ਜਦੋਂ ਉਹਨਾਂ ਦੇ ਆਪਣੇ ਪਾਰਟੀ ਵਾਲੇ ਹੀ ਅਲੱਗ ਅਲੱਗ ਹੋਏ ਪਏ ਨੇ ਤੇ ਅਸੀਂ ਆਪਣਾ ਕਦਮ ਆਪ ਹੀ ਚੱਕੇ। ਅੱਛਾ ਬੀਬੀ ਜੀ, ਜਦੋਂ ਤੁਸੀਂ ਕੱਲ ਆਪਣੀ ਗੱਲ ਹੋ ਰਹੀ ਸੀ, ਤੁਸੀਂ ਕਹਿ ਰਹੇ ਸੀ ਕਿ ਜਿਹੜਾ ਬਾਕੀ ਗਰੁੱਪ ਹੈ ਬੀਬੀ ਜਗੀਰ ਕੌਰ ਜਾਂ ਵਡਾਲਾ ਸਾਹਿਬ, ਤੁਸੀਂ ਕਹਿ ਰਹੇ ਸੀ ਕਿ ਉਹ ਮੈਨੂੰ ਸਮਰਥਨ ਦੇ ਰਹੇ ਨੇ, ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਜਾਂ ਇੱਧਰ ਸ਼ਾਮਿਲ ਹੋਣ ਦਾ ਜਦੋਂ ਫੈਸਲਾ ਹੋਇਆ ਕੋਈ ਚਰਚਾ ਹੋਈ? ਨਹੀਂ ਨਹੀਂ, ਕਿਸੇ ਨੂੰ ਅਸੀਂ ਕੁਛ ਵੀ ਨਹੀਂ ਕਿਹਾ, ਨਾ ਹੀ ਉਹਨਾਂ ਨੂੰ ਪਤਾ। ਇੱਕਦਮ ਸਾਡਾ ਹੋਇਆ ਸਵੇਰੇ ਹੀ ਅੱਜ, ਕਿਸੇ ਨੇ ਕੋਈ ਗੱਲ ਨਹੀਂ ਸਾਡੀ। ਅੱਛਾ ਤੁਸੀਂ ਪੁਰਾਣਾ ਇੱਕ ਅਕਾਲੀ ਪਰਿਵਾਰ ਹੋ, ਹੁਣ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹੋ, ਤੁਹਾਨੂੰ ਕੀ ਲੱਗਦਾ ਸਿਆਸਤ ਕਿਵੇਂ ਬਦਲੇਗੀ? ਕਿਉਂਕਿ ਤੁਸੀਂ ਕਹਿ ਰਹੇ ਸੀ ਕਿ ਮੈਂ ਤਾਂ ਅਕਾਲੀ ਦਲ ਦੇ ਨਾਲ ਖੜੀ ਹਾਂ ਪਰ ਪ੍ਰਧਾਨ ਸਾਹਿਬ ਪਿੱਛੇ ਹਟੇ ਨੇ, ਤਾਂ ਅੱਜ ਤੁਸੀਂ ਅਕਾਲੀ ਦਲ ਛੱਡ ਕੇ ਆਏ ਹੋ, ਤਾਂ ਕੀ ਲੱਗਦਾ ਤੁਹਾਨੂੰ ਸਿਆਸਤ ਕਿਵੇਂ ਬਦਲੇਗੀ? ਅਸੀਂ ਨਹੀਂ ਛੱਡ ਕੇ ਆਏ, ਉਹਨਾਂ ਨੇ ਸਾਨੂੰ ਛੱਡਿਆ, ਅਸੀਂ ਨਹੀਂ ਛੱਡੀ, ਸਾਨੂੰ ਉਹਨਾਂ ਨੇ ਛੱਡਿਆ, ਅਸੀਂ ਤਾਂ ਆਪਣੀ ਮਰਜ਼ੀ ਨਾਲ ਆਏ। ਅੱਛਾ ਕੀ ਮੁਕਾਬਲਾ ਤੁਹਾਨੂੰ ਨਹੀਂ ਲੱਗਿਆ ਕਿ ਤੁਹਾਨੂੰ ਚੋਣ ਲੜਨ ਦੇ ਵਿੱਚ ਤੁਹਾਨੂੰ ਲੱਗਿਆ ਕਿ ਤੁਸੀਂ ਇਕੱਲੇ ਲੜ ਨਹੀਂ ਪਾਓਗੇ ਜਾਂ ਆਖਿਰ ਕੀ ਕਾਰਨ ਲੱਗਿਆ ਕਿ ਤੁਹਾਨੂੰ ਇਹ ਫੈਸਲਾ ਲੈਣਾ ਪਿਆ? ਸਾਡੇ ਆਪਣੇ ਆਪ ਤੇ ਅਸੀਂ ਸੋਚਿਆ, ਕਿਸੇ ਦੀ ਕੋਈ ਪਾਰਟੀਬਾਜ਼ੀ ਦੀ ਗੱਲ ਨਹੀਂ। ਬੇਨਤੀ ਇਹ ਆ, ਦੇਖੋ ਬੇਨਤੀ ਇਹ ਆ ਤੁਸੀਂ ਬੈਠੋ ਇਹਨਾਂ ਦੇ, ਬੇਨਤੀ ਇਦਾਂ ਵੀ ਦੇਖੋ ਅਸੀਂ ਸਾਡੇ ਪੂਰੇ ਟੱਬਰ ਨੇ, ਮੰਮੀ ਜੀ ਨੇ ਤੇ ਸਾਰੇ ਪੂਰੇ ਭਾਈਚਾਰੇ ਨੇ ਫੈਸਲਾ ਲਿਆ ਸੀ ਵੀ ਅਸੀਂ ਚੋਣ ਲੜਾਂਗੇ, ਪਰ ਜਿਸ ਹਿਸਾਬ ਦਾ ਅਸੀਂ ਭਾਈ, ਮੈਂ ਖੁੱਲ੍ਹ ਕੇ ਗੱਲ ਕਰਨਾ ਚਾਹੁੰਦਾ, ਜਿੱਦਾਂ ਅਸੀਂ ਭਾਈਚਾਰੇ ਤੋਂ ਮਦਦ ਮੰਗੀ ਸੀ ਸਾਨੂੰ ਉਹ ਵੀ ਖੁੱਲ੍ਹ ਕੇ ਨਹੀਂ ਮਿਲੀ, ਜ਼ਿਲ੍ਹੇ ਜਲੰਧਰ ਤੋਂ ਨਹੀਂ ਮਦਦ ਮਿਲੀ, ਅਸੀਂ ਬਸ ਦੋ ਧਿਰਾਂ ਦੇ ਵਿੱਚ ਨਾ ਇੱਕ ਹਿਸਾਬ ਦਾ ਸਹੀ ਦੱਸੀਏ ਵੀ ਪਿੱਸੇ ਗਏ ਹਾਂ, ਅਸੀਂ ਉਹ ਕੰਮ ਨਹੀਂ ਕਰਨਾ ਚਾਹੁੰਦੇ। ਦੇਖੋ ਇਲੈਕਸ਼ਨ ਚੱਲ ਜਾਣੇ ਨੇ, ਅਸੀਂ ਆਪਣਾ ਬੈਕ ਸਟੈਪ ਨਹੀਂ ਪਿੱਛੇ ਕਰਾਂਗੇ, ਸਾਨੂੰ ਸੁਖਬੀਰ ਸਿੰਘ ਬਾਦਲ ਅਪਰੋਚ ਕਰੇ ਜਾਂ ਬੁਲਾਉਣ, ਅਸੀਂ ਉਹ ਕੰਮ ਜ਼ਿੰਦਗੀ ਭਰ ਨਹੀਂ ਕਰਾਂਗੇ, ਜਿਹਨੂੰ ਛੱਡਤਾ ਛੱਡਤਾ। ਦੁਬਾਰਾ ਅਕਾਲੀ ਦਲ ਚ ਅਗਰ ਕੋਈ ਗੱਲ ਹੁੰਦੀ ਹੈ ਤਾਂ ਜ਼ਿੰਦਗੀ ਜਿੰਨੀ ਰਹਿ ਗਈ ਹੈ ਬਿਲਕੁਲ ਨਹੀਂ ਕਰਾਂਗੇ। ਤੇ ਜਿਹੜਾ ਬੀਬੀ ਜਗੀਰ ਕੌਰ ਧੜਾ ਵਡਾਲਾ ਸਾਹਿਬ ਚੰਦੂ ਮਹਿਰਾ ਸਾਹਿਬ ਜੇ ਉਹ ਸੰਪਰਕ ਕਰਨਗੇ ਫਿਰ ਕੀ ਫੈਸਲਾ ਰਹੇਗਾ? ਨਹੀਂ ਦੇਖੋ ਜਿਹੜਾ ਉਹਨਾਂ ਨੇ ਸਾਨੂੰ ਸਮਰਥਨ ਦਿੱਤਾ, ਜਿਹੜਾ ਸਾਡੇ ਨਾਲ ਖੜੇ ਨੇ ਉਹਨਾਂ ਦਾ ਦੇਖੋ ਕੈਮਰੇ ਅੱਗੇ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਬਹੁਤ ਕੀਤਾ। ਪਰ ਜੇ ਕੋਈ ਕਹੇ ਸਾਨੂੰ ਅਸੀਂ ਕੋਈ ਆਰਥਿਕ ਮਦਦ ਲਈ ਹੈ, ਉਹ ਬਿਲਕੁਲ ਝੂਠ ਹੈ, ਅਸੀਂ ਕਿਸੇ ਤੋਂ ਆਰਥਿਕ ਮਦਦ ਕੋਈ ਵੀ ਨਹੀਂ ਲਈ। ਤੁਹਾਨੂੰ ਬੀਬੀ ਜੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਿੱਦਾਂ ਹੁਣ ਥੋੜੀ ਦੇਰ ਪਹਿਲਾਂ ਬੋਲ ਰਹੇ ਸੀ ਕਿ ਜਦੋਂ ਅਕਾਲੀ ਦਲ ਪਿੱਛੇ ਹਟ ਗਿਆ ਤਾਂ ਮੈਨੂੰ ਲੱਗਦਾ ਸੀ ਕਿ ਇਲਾਕੇ ਦਾ ਮੈਂ ਵਿਕਾਸ ਨਹੀਂ ਕਰਾ ਸਕਦੀ, ਹੁਣ ਤੁਹਾਨੂੰ ਲੱਗਦਾ ਕਿ ਹੁਣ ਤੁਸੀਂ ਅਗਰ ਸੱਤਾਧਿਰ ਨਾਲ ਜੁੜ ਗਏ ਹੋ ਤਾਂ ਕੋਈ ਲਾਹਾ ਲੈ ਸਕੋਗੇ? ਅਸੀਂ ਆਪਣੇ ਇਲਾਕੇ ਵਾਸਤੇ ਆਹ ਕਦਮ ਚੱਕੇ ਆ, ਕਿਉਂਕਿ ਸਾਡਾ ਕੋਈ ਪ੍ਰਧਾਨ ਮੰਤਰੀ ਨਹੀਂ ਰਿਹਾ, ਕੋਈ ਵੀ ਨਹੀਂ ਰਿਹਾ, ਵੀ ਸਾਡੇ ਕੰਮ ਕੌਣ ਕਰਾਏਗਾ, ਇਸ ਕਰਕੇ ਅਸੀਂ ਵੀ ਆਪਣੇ ਆਪ ਤੇ ਕੰਮ ਕਰਨੇ। ਤੁਹਾਨੂੰ ਬੀਬੀ ਜੀ ਕੋਈ ਸਰਕਾਰ ਨਾਲ ਗੱਲਬਾਤ ਹੋਈ ਕਿ ਤੁਹਾਨੂੰ ਕੋਈ ਅਹੁਦਾ ਦਿੱਤਾ ਜਾ ਸਕਦਾ ਜਾਂ ਕੋਈ ਇਸ ਨੂੰ ਲੈ ਕੇ ਗੱਲਬਾਤ ਹੋਈ ਹੈ? ਹਾਲੇ ਅਸੀਂ ਅੱਜ ਹੀ ਹੁਣੇ ਹੀ ਆਏ ਹਾਂ, ਸਾਡੇ ਨਾਲ ਕੋਈ ਗੱਲ ਨਹੀਂ। ਅੱਛਾ ਮੁੱਖ ਮੰਤਰੀ ਸਾਹਿਬ ਨਾਲ ਜੋ ਮੁਲਾਕਾਤ ਹੋਈ ਸੀ, ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕੀ ਹੋਈ? ਕਈ ਵਾਰੀ ਉਹ ਹਾਸੇ ਮਜ਼ਾਕ ਦੇ ਵਿੱਚ ਵੀ ਗੱਲ ਕਰਦੇ ਆ, ਉਹਨਾਂ ਨਾਲ ਕੀ ਗੱਲਬਾਤ ਹੋਈ ਤੁਹਾਡੀ, ਜਿਹੜੀ ਚਰਚਾ ਹੋਈ ਉਹਨਾਂ ਨਾਲ? ਵਿਕਾਸ ਦੇ ਮੁੱਦਿਆਂ ਵਾਸਤੇ ਹੋਈ ਬਸ, ਵੀ ਸਾਡੇ ਇਲਾਕੇ ਦਾ ਜਿੰਨਾ ਵੀ ਹੈਗਾ ਇਲਾਕਾ ਅਸੀਂ ਤੁਹਾਨੂੰ ਸਾਥ ਦੇਵਾਂਗੇ, ਪੂਰਾ ਕੰਮ ਕਰਵਾਵਾਂਗੇ। ਤੁਹਾਡੀ ਟਿਕਟ ਨੂੰ ਤੁਹਾਡੇ ਤੱਕੜੀ ਚੋਣ ਨਿਸ਼ਾਨ ਨੂੰ ਲੈ ਕੇ ਨਹੀਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਹੋਈ? ਕਿਉਂਕਿ ਉਹ ਜਿੱਦਾਂ ਮੰਚ ਤੋਂ ਬੋਲ ਰਹੇ ਸੀ ਕਹਿੰਦੇ ਵੀ ਤੱਕੜੀ ਇੱਧਰ ਆ ਤੇ ਪ੍ਰਧਾਨ ਸਾਹਿਬ ਹਾਥੀ ਵਾਲੇ ਪਾਸੇ ਹੋਏ ਖੜੇ ਆ, ਇਹਨਾਂ ਬਾਰੇ ਨਹੀਂ ਮੈਂ ਕੁਛ ਕਹਿ ਸਕਦੀ। ਦੇਖੋ ਜਿਹੜਾ ਤੱਕੜੀ ਵਾਲਾ ਤੁਸੀਂ ਗੱਲ ਕੀਤੀ ਨਾ, ਮੁੱਖ ਮੰਤਰੀ ਸਾਹਿਬ, ਸੀਐਮ ਸਾਹਿਬ, ਮਾਨ ਸਾਹਿਬ ਇੱਕ ਗੱਲ ਕਰਦੇ ਸੀ ਹਮੇਸ਼ਾ ਵੀ ਸੁਖਬੀਰ ਸਿੰਘ ਬਾਦਲ ਇੱਕ ਮੰਦ ਬੁੱਧੀ ਆਦਮੀ ਹੈ, ਉਹ ਇਸ ਗੱਲ ਤੇ ਬਿਲਕੁਲ ਖਰਾ ਉਤਰਿਆ ਵੀ ਹਾਂ ਮੈਂ ਮੰਦ ਬੁੱਧੀ ਆਦਮੀ ਹਾਂ, ਜਿਹੜਾ ਉਹਨੇ ਫੈਸਲਾ ਲੈਣਾ ਇਹ ਮੰਦ ਬੁੱਧੀ ਤੋਂ ਘੱਟ ਨਹੀਂ ਹੈਗਾ। ਜਿਹੜਾ
ਕੋਈ ਵੀ ਪਾਰਟੀ ਹੋਵੇ ਪਹਿਲੀ ਵਾਰੀ ਹੋਏਗਾ ਜਿਹੜਾ ਇੱਕ ਪ੍ਰਧਾਨ ਆਪਣੇ ਚੋਣ ਨਿਸ਼ਾਨ ਨੂੰ ਛੱਡ ਕੇ ਵਿਰੋਧੀਆਂ ਦੇ ਚੋਣ ਨਿਸ਼ਾਨ ਨੂੰ ਕਹੇਗਾ ਵੀ ਭਾਈ ਤੱਕੜੀ ਨੂੰ ਵੋਟਾਂ ਨਾ ਪਾਓ ਹਾਥੀ ਨੂੰ ਪਾਓ। ਇਹ ਕਿੱਡੀ ਕੁ ਸਿਆਣਾ ਪਿਆ, ਮੈਨੂੰ ਲੱਗਦਾ ਉਹ ਸਿਆਣਾ ਬੰਦਾ। ਤੁਸੀਂ ਇੱਕ ਪੁਰਾਣਾ ਟਕਸਾਲੀ ਪਰਿਵਾਰ ਸੀ, ਤੁਸੀਂ ਅਕਾਲੀ ਦਲ ਛੱਡਤਾ, ਕੀ ਲੱਗਦਾ ਅਕਾਲੀ ਦਲ ਦੀ ਸਥਿਤੀ ਕੀ ਹੋਏਗੀ? ਅਸੀਂ ਨੀ ਛੱਡਿਆ, ਉਹਨਾਂ ਨੇ ਸਾਨੂੰ ਜਵਾਬ ਦਿੱਤਾ, ਅਸੀਂ ਤਾਂ 45 ਸਾਲਾਂ ਤੋਂ ਸੇਵਾ ਕਰ ਰਹੇ ਹਾਂ। ਪਰ ਕੀ ਲੱਗਦਾ ਬੀਬੀ ਜੀ ਹਾਲਾਤ ਕੀ ਬਣਨਗੇ ਆਉਣ ਵਾਲੇ ਦਿਨਾਂ ਵਿੱਚ, ਜਿਹੜੀ ਲੜਾਈ ਵੀ ਚੱਲ ਰਹੀ ਹੈ ਅੰਦਰ? ਉਹਨਾਂ ਬਾਰੇ ਮੈਨੂੰ ਹਾਲੇ ਕੁਛ ਨੀ ਪਤਾ, ਇਹ ਤਾਂ 13 ਤਰੀਕ ਨੂੰ ਪਤਾ ਲੱਗੇਗਾ।